ਸਤਿ ਸ਼੍ਰੀ ਅਕਾਲ ਟੀਵੀ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਦੀਪਿਕਾ ਖੋਸਲਾ ਤੇ ਇਸ ਵੇਲੇ ਦੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। DGP ਗੌਰਵ ਯਾਦਵ ਦੇ ਵੱਲੋਂ ਅੰਮ੍ਰਿਤਸਰ ਸ਼੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਜੋ ਧਮਾਕਾ ਹੋਇਆ ਹੈ ਉਸ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਇਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਕਈ ਅਹਿਮ ਖੁਲਾਸੇ ਕੀਤੇ ਨੇ। ਜਿਹੜੇ 5 ਦੋਸ਼ੀ ਗ੍ਰਿਫਤਾਰ ਕੀਤੇ ਗਏ ਨੇ ਉਹਨਾਂ ਨੂੰ ਲੈ ਕੇ ਵੀ ਅਹਿਮ ਜਾਣਕਾਰੀ ਉਹਨਾਂ ਦੇ ਵੱਲੋਂ ਸਾਂਝੀ ਕੀਤੀ ਜਾ ਰਹੀ ਹੈ ਕਿ ਕੁਝ ਕਹਿ ਰਹੇ ਨੇ DGP ਗੌਰਵ ਯਾਦਵ। ਆਓ ਸੁਣਦੇ ਹਾਂ। 5 ਗ੍ਰਿਫਤਾਰੀਆਂ ਹੋਈਆਂ ਜਿਸ ਦੇ ਵਿੱਚ ਆਜ਼ਾਦਵੀਰ ਸਿੰਘ ਸਨ ਆਫ ਜਸਵੀਰ ਸਿੰਘ ਆਰੋ ਵਿਲੇਜ ਵਡਾਲਾ ਕਲਾਂ ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰਿਤਸਰ ਏਜ 36 ਸਾਲ। ਅਮਰੀਕ ਸਿੰਘ ਸਨ ਆਫ ਲਖਬੀਰ ਸਿੰਘ ਆਰੋ ਵਿਲੇਜ ਆਦੀਆਂ PS ਦੁਰਾਂਗਲਾ ਗੁਰਦਾਸਪੁਰ ਏਜ 26 ਸਾਲ। ਸਾਹਿਬ ਸਿੰਘ ਏਲੀਆ ਸਾਬਾ ਸਨ ਆਫ ਸੁਰਿੰਦਰ ਸਿੰਘ ਆਰੋ ਅਮਨ ਐਵਨਿਊ ਗੇਟ ਹਕੀਮਾ ਅੰਮ੍ਰਿਤਸਰ। ਹਰਜੀਤ ਸਿੰਘ ਸਨ ਆਫ ਦੇਵਿੰਦਰ ਸਿੰਘ ਆਰੋ ਮਜੀਠਾ ਰੋਡ ਅੰਮ੍ਰਿਤਸਰ ਅਤੇ ਧਰਮਿੰਦਰ ਸਿੰਘ ਏਲੀਆਸ ਮਿੱਠਾ ਸਨ ਆਫ ਰੈਜ਼ੀਡੈਂਟ ਆਫ ਮਜੀਠਾ ਰੋਡ। ਸੋ ਇਸ ਦੇ ਵਿੱਚ ਆਜ਼ਾਦਵੀਰ ਸਿੰਘ ਅਤੇ ਅਮਰੀਕ ਸਿੰਘ ਇਹਨਾਂ ਨੇ ਜਿਹੜੀ IEDs ਅਸੈਂਬਲ ਕੀਤੀਆਂ ਸੀ। ਜਿਹੜਾ ਐਕਸਪਲੋਸਿਵ ਸੀਗਾ ਇਹ ਜਿਹੜਾ ਲੋਅ ਗ੍ਰੇਡ, ਜਿਵੇਂ ਸਾਡੀ ਫੋਰੈਂਸਿਕ ਐਨਾਲਿਸਿਸ ਦੇ ਵਿੱਚ ਵੀ ਆਇਆ ਸੀਗਾ ਕਿ ਲੋਅ ਗ੍ਰੇਡ ਐਕਸਪਲੋਸਿਵ ਸੀ, ਕਲੋਰਾਈਡਸ ਐਂਡ ਬਰੋਮਾਈਡਸ ਮਿਕਸ ਵਿਦ ਮਿਕਸਚਰ ਆਫ ਸਲਫਰ, ਜਿਹੜਾ ਪੋਟਾਸ਼ ਜਿਸਨੂੰ ਕੋਲੋਕੋਲੀ ਕਿਹਾ ਜਾਂਦਾ ਹੈ, ਅਤੇ ਅਨਗੜ੍ਹ ਤੋਂ ਸੋਰਸ ਕੀਤਾ ਗਿਆ ਸੀਗਾ ਕਿ ਆਜ਼ਾਦਵੀਰ ਨੇ ਧਰਮਿੰਦਰ ਤੋਂ ਪ੍ਰੋਕਿਓਰ ਕੀਤਾ ਸੀਗਾ। ਧਰਮਿੰਦਰ ਨੂੰ ਅੱਗੇ ਹਰਜੀਤ ਸਿੰਘ ਨੇ ਦਿੱਤਾ ਸੀ, ਹਰਜੀਤ ਸਿੰਘ ਨੇ ਸਾਹਿਬ ਸਿੰਘ ਸਾਬਾ ਜਿਹੜਾ ਸਪਲਾਇਰ ਸੀਗਾ ਉਸ ਤੋਂ ਲਿਆ ਸੀਗਾ ਜੀ। ਸੋ ਇਹ 3 ਜਿਹੜੇ ਅਕਿਊਜ਼ ਹੈਗੇ ਦੇਵਰ ਇਨਵੋਲਵਡ ਇਨ ਸੋਰਸਿੰਗ ਆਫ ਦੀ ਐਕਸਪਲੋਸਿਵ, ਅਤੇ ਐਕਚੁਅਲ ਇੰਸੀਡੈਂਟ ਦੇ ਪਰਪੇਟਰੇਟਰ ਸੀਗੇ ਅਮਰੀਕ ਸਿੰਘ ਅਤੇ ਆਜ਼ਾਦਵੀਰ ਸਿੰਘ। ਇੱਕ ਲੇਡੀ ਵੀ ਅਸੀਂ ਕੁਐਸਚਨ ਕਰ ਰਹੇ ਹੈਗੇ, ਉਹਨਾਂ ਦਾ ਰੋਲ ਅਸੀਂ ਦੇਖ ਰਹੇ, ਵਾਈਫ ਆਫ ਅਮਰੀਕ ਸਿੰਘ, ਅਤੇ ਹਾਲੇ ਉਹਨਾਂ ਦੀ ਅਰੈਸਟ ਬਾਰੇ ਕੋਈ ਵਿਊ ਨਹੀਂ ਬਣਾਇਆ। ਇਹਨਾਂ ਆਜ਼ਾਦਵੀਰ ਤੋਂ 1 ਕਿਲੋ 100 ਗ੍ਰਾਮ 1.1 KG ਐਕਸਪਲੋਸਿਵ ਜਿਹੜਾ ਰਿਮਾਈਂਡਰ ਸੀਗਾ ਉਹ ਰਿਕਵਰ ਹੋਇਆ ਹੈ। ਅਤੇ ਇਸ ਦੇ ਵਿੱਚ ਮੈਂ ਰਿਕਾਰਡ 'ਤੇ ਪਲੇਸ ਕਰਨਾ ਚਾਹਾਂਗਾ SGPC ਟਾਸਕ ਫੋਰਸ ਅਤੇ SGPC ਦਾ ਸਹਿਯੋਗ, ਅਤੇ SGPC ਦੇ ਪ੍ਰਧਾਨ ਜੀ ਨੂੰ ਮੈਂ ਫੋਨ ਕਰਕੇ ਧੰਨਵਾਦ ਵੀ ਕੀਤਾ ਹੈ, ਅਤੇ ਉਹਨਾਂ ਨੇ ਬਿਲਕੁਲ ਪੁਲਿਸ ਦੇ ਨਾਲ ਮੋਢਾ ਟੂ ਮੋਢਾ ਲਾ ਕੇ ਉਹਨਾਂ ਦਾ ਜਿਹੜਾ CCTV ਸਰਵੇਲੈਂਸ ਤੋਂ ਸਾਨੂੰ ਪਹਿਲੇ ਕਲੋਜ਼ ਮਿਲੇ ਸੀਗੇ ਉਸਨੂੰ ਅਸੀਂ ਸੈਂਟੀਫਿਕ ਤਰੀਕੇ ਨਾਲ ਡਿਵੈਲਪ ਕੀਤਾ। ਜਿਹੜੀ ਟੈਕਨੀਕਲ ਐਨਾਲਿਸਿਸ ਦੇ ਵਿੱਚ ਜਿਹੜੇ ਟੈਲੀਫੋਨ ਦੇ ਲੋਕੇਸ਼ਨ ਵਗੈਰੇ ਹੁੰਦੇ ਆ ਉਹ ਅਸੀਂ 3 ਇੰਸੀਡੈਂਟਸ ਦੇ ਕਨਫਰਮ ਕਰ ਲਏ ਇਹਨਾਂ ਦੀ ਪ੍ਰੈਜੈਂਸ ਜਿਹੜੀ ਹੈਗੀ। ਅਤੇ ਜਿਹੜਾ ਪਹਿਲਾ ਜਿਹੜੀ IED ਸੀ ਉਹ ਅਸੈਂਬਲ ਹੋਈ ਸੀਗੀ ਗੁਰੂ ਰਾਮਦਾਸ ਸਰਾਏ ਦੇ ਵਿੱਚ। ਇਸ ਦੇ ਵਿੱਚ 3 ਜਿਹੜੇ ਹੈਗੇ ਕੰਟੇਨਰ ਸੀਗੇ, 2 ਜਿਹੜੇ ਕੈਨ ਸੀਗੇ ਐਨਰਜੀ ਡਰਿੰਕ ਦੇ ਜਿਹੜੇ ਹੈਲ ਦੇ, ਅਤੇ 1 ਮੈਟੈਲਿਕ ਟਿਫਿਨ ਸੀਗਾ। ਇਹ 3 ਕੰਟੇਨਰਸ ਦੇ ਵਿੱਚ ਤਕਰੀਬਨ 200 ਗ੍ਰਾਮ ਐਕਸਪਲੋਸਿਵ ਸੀ ਜਿਹੜਾ ਫਾਇਰ ਕਰੈਕਰਸ ਬਣਾਉਣ ਨੂੰ ਯੂਜ਼ ਕੀਤਾ ਜਾਂਦਾ ਹੈ, ਉਸ ਦੇ ਵਿੱਚ ਪਲੇਸ ਕਰਕੇ ਇੱਕ ਪੋਲੀਥੀਨ ਬੈਗ ਦੇ ਵਿੱਚ ਇਹ 3 ਕੰਟੇਨਰ ਪਲੇਸ ਕੀਤੇ ਗਏ ਸੀਗੇ। ਅਤੇ ਜਿਹੜੀ ਪਾਰਕਿੰਗ ਹੈਗੀ ਹੈਰੀਟੇਜ ਪਾਰਕਿੰਗ ਬਿਲਡਿੰਗ, ਉਹਦੇ ਰੂਫ ਟੋਪ 'ਤੇ ਆਜ਼ਾਦਵੀਰ ਨੇ ਇਕੱਲੇ ਜਾ ਕੇ ਉੱਥੋਂ ਰੋਪ ਡੈਂਗਲ ਕਰਤੀ ਸੀਗੀ। ਅਤੇ ਉਸ ਤੋਂ ਬਾਅਦ ਇਹ 6 ਮਈ ਨੂੰ 11:25 PM 'ਤੇ ਐਕਸਪਲੋਜਨ ਹੋਇਆ ਸੀ। ਆਜ਼ਾਦਵੀਰ ਅਤੇ ਇਹਨਾਂ ਇਸ ਮੋਡਿਊਲ ਨੂੰ ਇਹ ਲੱਗਿਆ ਸੀਗਾ ਕਿ ਸਾਡੇ ਇਸ ਐਕਸ਼ਨ ਦਾ ਇੰਪੈਕਟ ਨਹੀਂ ਹੋਇਆ, ਦੇਅਰਫੋਰ ਇਹ ਦੂਜਾ ਐਕਸਪਲੋਸਿਵ ਜਿਹਦੇ ਵਿੱਚ 2 ਮੈਟੈਲਿਕ ਕੌਲੀਆਂ ਸੀ। ਵੀ ਵਿਲ ਬੀ ਰਿਲੀਜ਼ਿੰਗ ਸਮ ਪਿਕਚਰਸ, ਅਤੇ ਇਨਫੈਕਟ ਇਹਨਾਂ ਦੇ ਹਾਲੇ ਵੀ ਵਿਲ ਬੀ ਐਗਜ਼ਾਮਿਨਿੰਗ ਦੇ ਟੈਲੀਫੋਨਸ ਐਂਡ ਅਦਰ ਡਿਵਾਈਸਿਸ ਸੀਜ਼। ਅਤੇ ਇਹਨਾਂ ਦੇ ਟੈਲੀਫੋਨ 'ਤੇ ਉਹ ਪਿਕ ਰਿਲੀਜ਼ ਹੋਈ ਜਿਹਦੇ ਵਿੱਚ ਉਹ ਮੈਟੈਲਿਕ ਕੌਲੀਆਂ ਹੈਗੀਆਂ ਜਿਹਨਾਂ ਨੂੰ ਜੋੜ ਕੇ ਉਹਦੇ ਵਿੱਚ ਐਕਸਪਲੋਜਨ ਜਿਹੜਾ ਸੈਕਿੰਡ ਜਿਹੜਾ ਸੀ ਇਹ ਜਿਹੜਾ ਇਹ ਵੀ ਉੱਥੇ ਹੀ ਗੁਰੂ ਰਾਮਦਾਸ ਸਰਾਏ ਦੇ ਬਾਥਰੂਮ ਦੇ ਵਿੱਚ ਅਸੈਂਬਲ ਹੋਇਆ ਸੀਗਾ ਤਕਰੀਬਨ 10:30 ਵਜੇ ਰਾਤ 7 ਮਈ ਨੂੰ। ਅਤੇ ਸਵੇਰੇ ਅਰਲੀ ਮਾਰਨਿੰਗ ਜਿਹੜਾ ਇਹਨੇ ਜਾ ਕੇ 4 ਵਜੇ ਦੇ ਕਰੀਬ IED ਉੱਥੋਂ ਹੈਂਗ ਕਰਤਾ ਸੀ, ਜਿਹੜਾ 6:15 ਐਕਸਪਲੋਜਨ ਹੋਇਆ ਸੀਗਾ। ਜਿਹੜਾ 3rd ਐਕਸਪਲੋਜਨ ਸੀਗਾ ਇਹ ਇਸ ਰਾਤ ਹੀ ਹੋਇਆ ਸੀਗਾ 12:10 'ਤੇ, ਅਤੇ ਉਸ ਦੇ ਬਾਅਦ CCTV ਤੋਂ ਸਾਨੂੰ ਲਾਈਵ ਜਿਹੜੀ ਇਹਨਾਂ ਦੀ ਫੁਟੇਜ ਮਿਲੀ ਉਸਨੂੰ ਟਰੈਕ ਕੀਤਾ ਗਿਆ, ਅਤੇ SGPC ਦੇ ਸਹਿਯੋਗ ਨਾਲ ਜਿਹੜਾ ਹੈਗਾ ਅਸੀਂ ਇਹਨਾਂ ਨੂੰ ਅਰੈਸਟ ਕੀਤਾ। ਅਤੇ ਇਸ ਦੇ ਵਿੱਚ ਅਸੀਂ ਪੂਰੀ ਇਨ ਡੈਪਥ ਸਾਇੰਟੀਫਿਕ ਇਨਵੈਸਟੀਗੇਸ਼ਨ ਕਰਾਂਗੇ, ਫੋਰੈਂਸਿਕ ਟੀਮਸ ਦੀ ਹੈਲਪ ਲੈ ਕੇ, ਦੂਜੀ ਏਜੰਸੀਜ਼ ਦੀ ਵੀ ਹੈਲਪ ਅਸੀਂ ਲੈ ਰਹੇ ਹੈਗੇ, ਅਤੇ ਇਹਨਾਂ ਦੀ ਡਿਵਾਈਸਿਸ ਐਗਜ਼ਾਮਿਨ ਕਰਕੇ ਅਸੀਂ ਇਸ ਪੂਰੀ ਇਨ ਡੈਪਥ ਇਨਵੈਸਟੀਗੇਸ਼ਨ ਕਰਾਂਗੇ ਕਿ ਇਹਨਾਂ ਦੇ ਕਿੰਨ ਲੋਕਾਂ ਨਾਲ ਲਿੰਕ ਸੀਗੇ, ਇਹਨਾਂ ਦੇ ਐਸੋਸੀਏਟਸ ਕਿਹੜੇ ਸੀਗੇ ਇੰਡੀਆ ਐਂਡ ਅਬਰੋਡ, ਐਂਡ ਵੀ ਵਿਲ ਅਨਵੇਲ ਦੀ ਐਂਟਾਇਰ ਕੋਂਸਪਿਰੇਸੀ ਬਿਹਾਈਂਡ ਦਿਸ ਇੰਸੀਡੈਂਟ। ਅਤੇ ਇਹ ਪਹਿਲਾ ਬ੍ਰੇਕ ਥਰੂ ਹੈਗਾ, 5 ਗ੍ਰਿਫਤਾਰੀਆਂ ਹੋਈਆਂ। ਮੈਂ CP ਸਾਹਿਬ ਨੂੰ ਕਿਹਾ ਸੀਗਾ ਕਿ ਇੱਕ SIT ਬਣਾ ਕੇ
SIT इसको इन्वेस्टिगेट करेगी। पंजाब पुलिस ने ये अमृतसर में जो हाल के दिनों में जो तीन लो इंटेंसिटी एक्सप्लोजन्स हुए थे उन्हें वर्कआउट कर लिया है और 5 इसमें गिरफ्तारियां हुई हैं अमृतसर पुलिस की तरफ से, आजाद वीर सिंह, अमरीक सिंह, साहिब सिंह एलिया साबा, हरजीत सिंह और धर्मेंद्र सिंह। इसमें प्रिलिमिनरी इन्वेस्टिगेशन में रोल आजाद वीर सिंह और अमरीक सिंह का पाया गया है, जो इसमें जिन्होंने IED असेंबल करी और IED एक्सप्लोड करी। साहिब सिंह साबा, हरजीत सिंह और धर्मेंद्र सिंह का रोल सोर्सिंग एक्सप्लोसिव्स जो है वो इन्होंने प्रोवाइड किए एक चेन के थ्रू। आजाद वीर सिंह को धर्मेंद्र सिंह ने हैंडओवर किया, उसे हरजीत सिंह से मिला, हरजीत सिंह को साहिब सिंह ने दिया था। साहिब सिंह के पास लाइसेंस्ड एजेंसी है, एक्सप्लोसिव्स ये ऑपरेट करते हैं अनगढ़ इलाके में। रिकवरी इनसे 1.1 kg मिक्सचर ऑफ क्लोरेट्स एंड ब्रोमाइड्स हुए हैं, इनकी टेस्टिंग केमिकल टेस्टिंग कराएंगे और ये लो ग्रेड एक्सप्लोसिव्स हैं जो आमतौर पर फायर क्रैकर्स में इस्तेमाल किए जाते हैं। मैं SGPC टास्क फोर्स और SGPC के सहयोग के लिए उनको धन्यवाद देता हूँ और रिकॉर्ड पे प्लेस करता हूँ। मैंने SGPC के प्रधान जी से बात करके उनका धन्यवाद भी किया है। तो पुलिस के साथ पूरा सहयोग किया गया, हमने एक साइंटिफिक तरीके से इन्वेस्टिगेशन करी, CCTV फुटेज, टेक्निकल इन्वेस्टिगेशन डेटा से हमने इनकी प्रेजेंस इस्टेब्लिश कर ली है और इसकी हम डीप इन्वेस्टिगेशन करेंगे। इनके लिंकेजेस जो इनके टेलीफोन फोरेंसिकली एग्जामिन कराएंगे, इनके एसोसिएट्स के बारे में पता करेंगे इंडिया या अब्रॉड में, और इसको सारे एंगल्स को हम एक SIT कॉन्स्टिट्यूट करके इसकी इन्वेस्टिगेशन करेंगे। पंजाब पुलिस हैज़ सक्सेसफुली वर्कड आउट द केसेस ऑफ एक्सप्लोजन्स विच टुक प्लेस इन गोल्डन टेम्पल रिसेंटली एंड वी हैव अरेस्टेड 5 पर्सन्स। दे इंक्लूड आजाद वीर सिंह, अमरीक सिंह द मेन परपेट्रेटर्स ऑफ द इंसिडेंट एंड द 3 पीपल हु सप्लाइड एंड सोर्स द एक्सप्लोसिव्स, साहिब सिंह, हरजीत सिंह एंड धर्मेंद्र सिंह। आजाद वीर सिंह वॉज प्रोवाइडेड द एक्सप्लोसिव बाई धर्मेंद्र सिंह, हु वॉज प्रोवाइडेड बाई हरजीत सिंह एंड इट वॉज एक्चुअली सोर्स फ्रॉम साहिब सिंह साबा। 1.1 kg लो इंटेंसिटी एक्सप्लोसिव हैव बीन रिकवर्ड। दीज इंक्लूड अ मिक्सचर ऑफ क्लोरेट्स एंड ब्रोमाइड्स विच आर नॉर्मली यूज इन फायर क्रैकर्स। आई प्लेस ऑन रिकॉर्ड द एप्रिशिएबल रोल प्लेड बाई SGPC टास्क फोर्स एंड SGPC एंड वी हैव थैंक द SGPC प्रेसिडेंट फॉर द कोऑपरेशन। द इन्वेस्टिगेशन विल बी कैरिड आउट इन अ साइंटिफिक मैनर। द CCTV इनफैक्ट इट वॉज साइंटिफिक इन्वेस्टिगेशन विच लेट टू अ ब्रेक थ्रू बाई एग्जामिनिंग द CCTV फुटेज एंड देन वी वर एबल टू आइडेंटिफाई एंड ट्रैक द परपेट्रेटर टू टेक्निकल मीन्स एंड वी विल इन्वेस्टिगेट द एंटायर डीप रूटेड कॉन्स्पिरेसी बिहाइंड दिस, हु आर द एसोसिएट्स ऑफ द पीपल अरेस्टेड इन इंडिया एंड अब्रॉड एंड गेट टू द बॉटम ऑफ इट। The IED, which was the first IED, was assembled in the bathroom of Guru Ramdas Sarai on 6th. It constituted about 200 grams of explosives, which are used for firecracker making, in 2 energy drink crack cans with about 10-12 stones of bajri. And a metallic tiffin was also filled with the same explosive material. And all these 3 containers were placed in a polythene bag. And Azad Veer had gone to the rooftop of Heritage Parking building and then he hung the polythene bag with the help of a rope at around 11 p.m. on 6th of May. And the first explosion had taken place at 11:25 p.m. The second IED was also assembled by using 2 metallic bowls, which were then joined together. And it was again in the bathroom of Guru Ramdas Sarai on the 7th May. And it was placed on the top of the Heritage Parking building at around 4:30 in the morning on 8th of May, where it exploded at 6:15 in the morning. The third IED was exploded in a secluded area behind the Guru Ramdas Sarai. Subsequent to this, the CCTV footage was investigated into by the police and with the help of the SGPC, and which led to clues. Through technical means, we were able to establish the presence of the accused. And 5 accused have been arrested. We will investigate the deep-rooted conspiracy behind this and examine all the associates of the arrested persons who are in India and abroad to get to the bottom of this. And an SIT will be formed by the Commissioner of Police to investigate. ਤੁਸੀਂ ਸੁਣਿਆ, DGP ਗੌਰਵ ਯਾਦਵ ਨੇ ਸਾਫ਼ ਤੌਰ ਉੱਤੇ ਆਖਿਆ ਹੈ ਕਿ 5 ਦੋਸ਼ੀ ਗ੍ਰਿਫਤਾਰ ਹੋ ਚੁੱਕੇ ਨੇ, ਪੁੱਛਗਿੱਛ ਉਹਨਾਂ ਦੇ ਕੋਲੋਂ ਜਾਰੀ ਹੈ ਔਰ ਇਹਨਾਂ ਦੇ ਅੱਗੇ ਕਨੈਕਸ਼ਨ ਕਿਹਨਾਂ ਲੋਕਾਂ ਦੇ ਨਾਲ ਜੁੜੇ ਹੋਏ ਸਨ
उस दी भी जांच की जा रही है। हर पहलू तो इस मामले की जांच आरंभी हुई है। जो भी अगे अपडेट्स होंगे असी तुहाडे नाल सांझे करते रहांगे। तुसी देश विदेश की ताज़ा जानकारी लिए देखते रहो टीवी पंजाब।